ਇਹ ਮਾਂ ਕਹਾਣੀ ਕਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ। ਸ਼ੰਕਰ ਦਾ ਵਿਆਹ ਹੋਇਆ ਤੇ ਅਜੇ ਮਸਾਂ 6 ਮਹੀਨੇ ਨਹੀਂ ਹੋਏ ਸਨ ਪਰ ਉਸ ਜੋੜੀ ਦਾ ਆਪਸ ਵਿੱਚ ਪਿਆਰ ਇੱਕ ਕਹਾਣੀ ਬਣ ਟੁਰਿਆ ਸੀ ਕਿ ਜੇ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚੋਂ ਆਪਣੀ ਪਸੰਦ ਚੁਣਨ ਦੀ ਆਗਿਆ ਹੋਵੇ ਤਾਂ ਵੀ ਉਹ ਆਪਣੀ ਹੋਣ ਵਾਲੀ ਪਤਨੀ ਨੂੰ ਹੀ ਚੁਨੇਗਾ। ਨਾਲ ਨਾਲ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਉਸ ਦੀ ਪਤਨੀ ਵੀ ਠੀਕ ਇਸੇ ਤਰ੍ਹਾਂ ਹੀ ਕਰੇਗੀ। ਆਪਣੀ ਪਤਨੀ ਦੇ ਦਿਲ ਵਿੱਚ ਇੰਨਾ ਪਿਆਰ ਉਤਪਨ ਕਰ ਸਕਣ ਤੇ ਉਸ ਨੂੰ ਆਪ ਬੜੀ ਹੈਰਾਨੀ ਹੁੰਦੀ। 24 ਘੰਟਿਆਂ ਵਿੱਚੋਂ ਜਿਹੜੇ 6-7 ਘੰਟੇ ਉਸ ਨੂੰ ਆਪਣੇ ਕਾਰੋਬਾਰ ਲਈ ਘਰੋਂ ਬਾਹਰ ਰਹਿਣਾ ਪੈਂਦਾ, ਉਹਨੇ ਵਿੱਚ ਹੀ ਉਧਰ ਜਾਂਦੀ ਤੇ ਫਿਰ ਘਰ ਆਏ ਨੂੰ ਘੁੱਟ-ਘੁੱਟ ਕੇ ਮਿਲਦੀ। ਉਸ ਦੇ ਹਲਕਾ ਜਿਹਾ ਗੁੱਸੇ ਜਾਂ ਰੁੱਖੇ ਹੋਣ ਨਾਲ ਉਹ ਬੜਾ ਦੁਖੀ ਹੁੰਦੀ। ਉਸ ਦੀਆਂ ਸ਼ੁਹਾ ਤੋਂ ਬਿਨਾ ਉਸ ਦਾ ਅੰਗ-ਅੰਗ ਖੋਸਦਾ ਰਹਿਂਦਾ। ਕੋਈ 5 ਮਹੀਨੇ ਹੋਏ ਜਦੋਂ ਇੱਕ ਸਵੇਰ ਚਾਹ ਨਾਲ ਉੱਠਲਦੀ ਉਸਦੀ ਪਤਨੀ ਨੇ ਕਿਹਾ ਸੀ ਜੀ ਇੱਕ ਗੱਲ ਐ ਹਾਂ ਕੀ ਗੱਲ ਸ਼ੰਕਰ ਨੇ ਪੁੱਛਿਆ ਸੀ ਫਿਰ ਉਹ ਗੱਲ ਕਰਨੋਂ ਰੁਕ ਗਈ ਸੀ ਤੇ ਕੋਚਰ ਪਿੱਛੋਂ ਉਸਨੇ ਕੇਵਲ ਇੰਨਾ ਹੀ ਕਿਹਾ ਜੀ ਮੈਨੂੰ ਲਫ਼ਜ਼ ਨਹੀਂ ਲੱਭਦੇ ਤੇ ਫਿਰ ਉਸਨੇ ਚੁੰਨੀ ਨਾਲ ਆਪਣਾ ਮੂੰਹ ਕੱਢ ਲਿਆ ਸੀ ਐਨੇ ਤੋਂ ਹੀ ਸ਼ੰਕਰ ਭਾਵ ਸਮਝ ਗਿਆ ਸੀ ਇਸ ਤੋਂ ਪਿੱਛੋਂ ਉਹ ਹਰ ਵੇਲੇ ਆਲਸੀ ਜਹੀ ਮੰਜੇ ਤੇ ਪਈ ਰਹਿੰਦੀ ਬਾਨਾ ਸਬਰਨਾ ਉਸ ਨੂੰ ਪੁੱਲ ਗਿਆ ਸੀ ਜਿਉ ਰੋਟੀ ਖਾਂਦੀ ਤਾਂ ਉਲਟੀ ਕਰ ਦਿੰਦੀ ਤੇ ਕਦੀ ਕਦੀ ਨਿੰਬੂ ਮੰਗਵਾ ਕੇ ਸਵਾਦ ਨਾਲ ਖਾਂਦੀ ਇੱਕ ਮਹੀਨਾ ਉਹ ਇਸੇ ਤਰ੍ਹਾਂ ਰਹੀ ਤੇ ਫਿਰ ਹੌਲੀ ਹੌਲੀ ਠੀਕ ਹੋ ਗਈ ਹੁਣ ਉਹ ਆਪਣੀਆਂ ਪੁਰਾਣੀਆਂ ਘਟੂਆਂ ਕਮੀਜ਼ਾਂ ਪਾ ਕੇ ਆਪਣੇ ਪੇਟ ਦਾ ਅੰਦਾਜ਼ਾ ਕਰਦੀ ਰਹਿੰਦੀ ਤੇ ਜੇ ਕਿਸੇ ਵੇਲੇ ਕਮੀਜ਼ ਵਿੱਚੋਂ ਬਾਹਰ ਨਿਕਲਿਆ ਦਿੱਸਦਾ ਤਾਂ ਬੜੀ ਖੁਸ਼ ਹੁੰਦੀ ਭਾਵੇਂ ਜਿਆਦਾ ਪਾਣੀ ਪੀਣ ਕਰਕੇ ਹੀ ਹੋਵੇ ਉਸ ਦੀ ਬਿਰਤੀ ਹਰ ਵੇਲੇ ਆਪਣੇ ਆਉਣ ਵਾਲੇ ਬੱਚੇ ਉੱਤੇ ਲੱਗੀ ਰਹਿੰਦੀ। ਜਦੋਂ ਆਪਣੀਆਂ ਸਹੇਲੀਆਂ ਨਾਲ ਘੰਟਿਆ ਬੱਦੀ ਉਸੇ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਤਾਂ ਉਸ ਦੇ ਪਾਗਲਪਨ ਤੇ ਹੱਸਦੀਆਂ। ਹੁਣ ਉਸ ਨੂੰ ਦਿਨ ਦਾ ਪਤਾ ਨਹੀਂ ਸੀ, ਰਾਤ ਦਾ ਪਤਾ ਨਹੀਂ ਸੀ। ਖਾਣ ਪੀਣ ਦਾ ਵੀ ਕੋਈ ਖਿਆਲ ਨਹੀਂ ਸੀ। ਆਪਣੇ ਪੇਕਿਆਂ ਤੇ ਕਾਜ ਦੀਆਂ ਸਹੇਲੀਆਂ ਨੂੰ ਖਤ ਪਾਣ ਦਾ ਵੀ ਚੇਤਾ ਨਹੀਂ ਸੀ। ਰੱਬ ਵੀ ਅਸਰੋਂ ਭੁੱਲਿਆ ਹੋਇਆ ਸੀ। ਉਸ ਨੂੰ ਕੇਵਲ ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਸੀ। ਦੇ ਉਸ ਘਰ ਵਿੱਚ ਦਿਨ ਰਾਤ ਤਾਰੀਆਂ ਲਾਂਦੀ ਰਹਿੰਦੀ। ਉਸ ਦੀਆਂ ਵਧੇਰੀਆਂ ਗੱਲਾਂ ਹੁਣ ਹੋਣ ਵਾਲੇ ਬੱਚੇ ਬਾਰੇ ਹੀ ਹੁੰਦੀਆਂ। ਦੇਖੋ ਜੀ ਮੈਨੂੰ ਕੋਈ ਬਿਮਾਰੀ ਹੋ ਗਈ ਐ। ਉਹ ਆਪਣੇ ਪੇਟ ਵੱਲ ਇਸ਼ਾਰਾ ਕਰਕੇ ਹੱਸਦੀ-ਹੱਸਦੀ ਆਖਦੀ। ਇਹ ਕਿੰਨਾ ਵੱਧ ਗਿਆ ਐ। ਤੁਸੀਂ ਕੋਈ ਮੇਰਾ ਇਲਾਜ ਕਿਉਂ ਨਹੀਂ ਕਰਾਉਂਦੇ? ਇੱਧਰ ਵੇਖੋ ਘਾ ਪਲਾਂ ਮੈਂ ਇਸ ਤਰ੍ਹਾਂ ਦੀ ਤੁਹਾਡੇ ਘਰ ਆਈ ਸਾਂ ਤੇ ਸ਼ੰਕਰ ਹੱਸ ਪੈਂਦਾ। ਫਿਰ ਇੱਕ ਦਿਨ ਅੱਖਾਂ ਤੇ ਹੱਥ ਲਾ ਕੇ ਉਸਨੇ ਕਿਹਾ ਜੀ ਜ਼ਰਾ ਧਿਆਨ ਨਾਲ ਵੇਖੋ ਖਾਨ ਮੇਰੀਆਂ ਅੱਖਾਂ ਦਾ ਹੇਠਲਾ ਥਾਂ ਕਾਲਾ ਹੋ ਗਿਆ ਕੱਲ ਮੱਦੀ ਦੀ ਭੂਆ ਮਿਲੀ ਸੀ ਉਹ ਬੜੀ ਸਿਆਣੀ ਐ ਕਹਿੰਦੀ ਸੀ ਕੁੜੇ ਤੇਰੀਆਂ ਅੱਖਾਂ ਹੇਠ ਕਾਲੇ ਘੇਰੇ ਪੈ ਗਏ ਨੇ ਤੈਨੂੰ ਜ਼ਰੂਰ ਕੁਝ ਹੋਣ ਵਾਲਾ ਐ ਸੱਚੀ ਉਸਨੇ ਅੱਖਾਂ ਤੋਂ ਹੀ ਬੁੱਝ ਰਿਆ ਸੀ ਉਸ ਤਰ੍ਹਾਂ ਤੇ ਮੈਂ ਸਾੜੀ ਪਾਈ ਹੋਈ ਸੀ ਕੁਝ ਪਤਾ ਨਹੀਂ ਸੀ ਲੱਗਦਾ ਇੱਕ ਦਿਨ ਇੱਕ ਸਾਬਣ ਵੇਚਣ ਵਾਲਾ ਉਹਨਾਂ ਦੇ ਘਰ ਕੋਲੋਂ ਸਾਬਣ ਵੇਚਦਾ ਲੰਘਿਆ ਸਾਬਣ ਲੈ ਲੋ ਦੇਸੀ ਸਾਬਣ ਉਸਨੇ ਹੁੱਕਾ ਦਿੱਤਾ ਸਿਰ ਮਾਰ ਗਿਆ ਦੇਸੀ ਸਾਬਣ ਨੂੰ ਹੁਣੀ ਉਸਨੇ ਹੱਸਦੀ ਹੋਈ ਕਿਹਾ ਜਦੋਂ ਸਾਡੇ ਘਰ ਪੁੱਤੜੇ ਤੋਂ ਲਈ ਹੋਣਗੇ ਉਦੋਂ ਲਿਆਵੀ ਫੇਰ ਲਾਂਗੇ ਤੇਥੋਂ ਦੇਸੀ ਸਾਬਣ ਬੱਚੇ ਨੂੰ ਮਹਿਸੂਸ ਕਰਦੇ ਆ ਉਸ ਦਾ ਸਿਰ ਅਸਮਾਨ ਤੱਕ ਜਾ ਪਹੁੰਚਦਾ ਉਹ ਦੁਨੀਆ ਵਿੱਚ ਹੁਣ ਕਿਸੇ ਨੂੰ ਗਿੰਦੀ ਮਿੱਤਦੀ ਨਹੀਂ ਸੀ ਇੱਕ ਦਿਨ ਉਸਨੇ ਸ਼ੰਕਰ ਨੂੰ ਆਪਣੇ ਪੇਕਿਆਂ ਦੇ ਕਿਸੇ ਮੁੰਡੇ ਦੀ ਗੱਲ ਸੁਣਾਈ ਇਹ ਮੁੰਡਾ ਉਸ ਦੇ ਕਵਾਰੇ ਹੁੰਦਿਆਂ ਸਾਈਕਲ ਤੇ ਉਸ ਦਾ ਪਿੱਛਾ ਕਰਦਾ ਹੁੰਦਾ ਸੀ ਇੱਕ ਵਾਰ ਉਹ ਮੈਨੂੰ ਸੜਕ ਤੇ ਮਿਲਿਆ ਉਸ ਬੜੇ ਫਖਰ ਨਾਲ ਕਿਹਾ ਬੀਜੀ ਵੀ ਮੇਰੇ ਨਾਲ ਸਨ ਮੈਂਵੇਂ ਉਸ ਨੂੰ ਵਿਖਾਣ ਦੀ ਮਾਰੀ ਢਿੱਡ ਅਗਾ ਅਗਾ ਕਰਕੇ ਔਖੀ ਔਖੀ ਹੋ ਕੇ ਟੁਰਨ ਲੱਗ ਪਈ ਉਹ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਉਸ ਨੇ ਆਪਣੇ ਮੋਢਿਆਂ ਤੋਂ ਫੌਜੀ ਅਫਸਰ ਹੋਣ ਦੀਆਂ ਨਿਸ਼ਾਨੀਆਂ ਕਿਸੇ ਸ਼ਰੀਕ ਨੂੰ ਵਿਖਾਈਆਂ ਹੋਣ ਇੱਕ ਦਿਨ ਸ਼ੰਕਰ ਨੇ ਪਿਆਰ ਨਾਲ ਉਸ ਦਾ ਗੱਲ ਕੁੱਟਿਆ ਤੈਨੂੰ ਮਾਰ ਦਿਆਂ ਉਸ ਗਲ ਘੁੱਟਦੇ ਹੋਈ ਪੁੱਛਿਆ ਮੈਂ ਨਹੀਂ ਮਰ ਸਕਦੀ ਉਸ ਇੱਕ ਜੇਤੂ ਸੁਰ ਵਿੱਚ ਆਵਾਜ਼ ਦਿੱਤਾ ਹੁਣ ਮੈਂ ਆਪਣੀ ਨਿਸ਼ਾਨੀ ਛੱਡ ਕੇ ਮਰਾਂਗੀ ਕਈ ਵੇਰ ਜਦੋਂ ਕੱਲੀ ਆਪਣੇ ਬੱਚੇ ਦੇ ਸੁਪਨੇ ਲੈਂਦੀ ਲੈਂਦੀ ਥੱਕ ਜਾਂਦੀ ਤਾਂ ਸ਼ੰਕਰ ਨੂੰ ਵੀ ਆਪਣੇ ਨਾਲ ਲਾ ਲੈਂਦੀ ਜੀ ਤੁਸੀਂ ਮੇਰੇ ਬੱਚੇ ਨੂੰ ਪਿਆਰ ਕਰਿਆ ਕਰੋਗੇ ਹਾਓ ਕਰਾਂਗਾ ਬੜਾ ਹਾਂ ਹਾਂ ਬੜਾ ਜੀ ਤੁਸੀਂ ਨਹੀਂ ਕਰਨਾ ਉਸ ਸ਼ਿਕਾਇਤ ਵਜੋਂ ਕਿਹਾ ਪਰ ਇੱਕ ਹੋਰ ਖਿਆਲ ਆਣ ਤੇ ਉਸ ਗੱਲ ਦਾ ਰੰਗ ਪਰਤਾਕ ਹੀ ਕਿਹਾ ਪਰ ਥੋੜਾ ਬਹੁਤਾ ਤੇ ਤੁਹਾਨੂੰ ਕਰਨਾ ਹੀ ਪਊ ਫਿਰ ਅਸੀਂ ਦੋ ਹੋਵਾਂਗੇ ਤੁਸੀਂ ਸਾਨੂੰ ਆਪਣੇ ਮਨੋਂ ਨਹੀਂ ਕੱਢ ਸਕੋਗੇ ਜੇ ਇੱਕ ਨੂੰ ਕੱਢੋਗੇ ਤਾਂ ਦੂਸਰਾ ਆਖਾ ਸਾਹਮਣੇ ਆ ਜਾਊ ਇੱਕ ਦਿਨ ਸ਼ੰਕਰ ਸਵੇਰੇ ਉੱਠ ਕੇ ਮੰਜੀ ਤੇ ਬੈਠਾ ਸੀ ਉਸ ਦੀ ਪਤਨੀ ਹਾਲੇ ਲੇਟੀ ਹੋਈ ਸੀ ਲੇਟੀ-ਲੇਟੀ ਉਹ ਹੱਥ ਨਾਲ ਆਪਣੇ ਪੇਟ ਨੂੰ ਟੋ ਰਹੀ ਸੀ ਇੱਕ ਥਾਂ ਉਸ ਆਪਣੀਆਂ ਉਂਗਲੀਆਂ ਰੱਖ ਕੇ ਸ਼ੰਕਰ ਨੂੰ ਆਵਾਜ਼ ਦਿੱਤੀ ਦੇਖੋ ਜੀ ਤੁਹਾਨੂੰ ਇੱਕ ਮਦਾਰੀ ਦਾ ਤਮਾਸ਼ਾ ਵਿਖਾਵਾਂ ਹੁਣ ਬੇਬੀ ਇੱਥੇ ਹੈ ਇੱਕ ਪਲ ਵਿੱਚ ਕਿਸੇ ਹੋਰ ਥਾਂ ਚਲਾ ਜਾਵੇਗਾ ਫਿਰ ਇੱਕਦਮ ਉਸ ਕੁਝ ਸੋਚ ਕੇ ਕਿਹਾ ਜੀ ਜ਼ਰਾ ਇੱਥੇ ਆਓ ਨਾ ਕੀ ਗੱਲ ਹੈ ਸ਼ੰਕਰ ਨੇ ਨੇੜੇ ਆ ਕੇ ਪੁੱਛਿਆ ਮੇਰੇ ਪੇਟ ਨਾਲ ਕੰਨ ਲਾ ਕੇ ਸੁਣੋ ਤੁਹਾਨੂੰ ਭਲਾ ਬੇਬੀ ਦੇ ਸਾਹ ਲੈਣ ਦੀ ਆਵਾਜ਼ ਆਉਂਦੀ ਹੈ ਸ਼ੰਕਰ ਨੇ ਪੇਟ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸੁਣਾਈ ਕੁਝ ਨਾ ਦਿੱਤਾ ਮੈਨੂੰ ਤੇ ਕੁਝ ਨਹੀਂ ਸੁਨਿੰਦਾ ਉਸ ਸ਼ਰਮਿੰਦੇ ਜਿਹਾ ਹੋ ਕੇ ਕਿਹਾ ਅਜੇ ਖੋਰੇ ਸਾਹ ਨਾ ਲੈਣ ਲੱਗਾ ਹੋਵੇ ਉਸ ਦੀ ਪਤਨੀ ਨੇ ਆਪਣੇ ਆਪ ਨੂੰ ਹੌਸਲਾ ਦਿੱਤਾ ਉਸ ਨੂੰ ਅਫਸੋਸ ਸੀ ਕਿ ਉਸ ਦੇ ਆਪਣੇ ਕੰਨ ਉਸ ਦੇ ਪੇਟ ਤੱਕ ਨਹੀਂ ਪਹੁੰਚ ਸਕਦੇ ਸਨ ਨਹੀਂ ਤੇ ਉਹ ਆਪ ਆਪਣੇ ਬੱਚੇ ਦੇ ਦਿਲ ਦੀ ਧੜਕਣ ਸੁਣ ਲੈਂਦੀ ਫਿਰ ਉਸ ਦਾ ਖਿਆਲ ਕੋਤ ਮਹੀਨੇ ਅੱਗੇ ਦੌੜ ਗਿਆ ਜੀ ਇਹ ਬੜਾ ਔਖਾ ਕੰਮ ਹੈ ਉਹ ਬੱਚਾ ਜੰਮਣ ਦਾ ਖਿਆਲ ਕਰਕੇ ਬੋਲੀ ਮੈਨੂੰ ਪੀੜਾ ਹੋਣਗੀਆਂ ਫਿਰ ਮੈਂ ਝੀਕਾ ਮਾਰਾਂਗੀ ਬੱਚੇ ਦੀ ਪ੍ਰਾਪਤੀ ਲਈ ਪੀੜਾਂ ਦੇ ਖਿਆਲ ਤੇ ਵੀ ਉਸ ਹੱਸ ਛੱਡਿਆ ਉਸ ਦੀ ਕਲਪਨਾ ਦੀ ਉਸ ਉਡਾਰੀ ਤੇ ਸ਼ੰਕਰ ਨੂੰ ਵੀ ਹਾਸਾ ਆ ਗਿਆ ਤੇ ਹੱਸਦੇ ਹੱਸਦੇ ਨੇ ਉਸ ਨੇ ਉਸ ਦਿਨ ਨੰਗੇ ਪੇਟ ਤੇ ਇੱਕ ਪਟੋਕੀ ਮਾਰੀ ਜੀ ਨਾ ਜੀ ਨਾ ਮੇਰੇ ਬੇਬੀ ਨੂੰ ਕਿਉਂ ਮਾਰਦੇ ਹੋ ਮੇਰਾ ਬੇਬੀ ਬੜਾ ਲਾਡਲਾ ਬੜਾ ਹੀ ਪਿਆਰਾ ਹੈ ਮੈਂ ਵੀ ਪਿਆਰਾ ਕਿ ਨਹੀਂ ਸ਼ੰਕਰ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਬੱਚੇ ਨੇ ਪੇਟ ਵਿੱਚ ਪਏ ਹੀ ਸਾਰਾ ਮੈਦਾਨ ਮਾਰ ਲਿਆ ਹੋਵੇ ਤੁਸੀਂ ਤੁਸੀਂ ਬੜੇ ਹੀ ਪਿਆਰੇ ਹੋ ਤੁਸੀਂ ਬੜੇ ਹੀ ਚੰਗੇ ਹੋ ਉਸ ਦੀ ਪਤਨੀ ਨੇ ਢਿੱਡ ਤੇ ਹੱਥ ਫੇਰ ਕੇ ਕਿਹਾ ਤੁਸੀਂ ਮੈਨੂੰ ਇਹ ਦਿੱਤਾ ਹੈ